ਫਾਜ਼ਿਲਕਾ ਦੀ ਰੈੱਡ ਕ੍ਰਾਸ ਮਾਰਕੀਟ ਦੇ ਵਿੱਚ 3 ਦੁਕਾਨਾਂ ਦੇ ਟੁੱਟੇ ਤਾਲੇ, 1 ਦਾ ਹੋਇਆ ਨੁਕਸਾਨ, ਅੱਧਾ ਸਮਾਨ ਵੀ ਮਿਲਿਆ। ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ। ਫਾਜ਼ਿਲਕਾ ਦੀ ਰੈੱਡ ਕ੍ਰਾਸ ਮਾਰਕੀਟ ਦੇ ਵਿੱਚ ਬੀਤੀ ਰਾਤ 3 ਦੁਕਾਨਾਂ ਦੇ ਤਾਲੇ ਟੁੱਟ ਗਏ ਹਨ, ਜਿਨ੍ਹਾਂ ਦੇ ਵਿੱਚੋਂ ਇੱਕ ਮੁਨਿਆਰੀ ਵਾਲੀ ਦੁਕਾਨ ਦਾ ਨੁਕਸਾਨ ਹੋਇਆ ਹੈ। ਦੁਕਾਨਦਾਰ ਨੇ ਦੱਸਿਆ ਕਿ ਉਹ ਬੀਤੀ ਰਾਤ ਦੁਕਾਨ ਬੰਦ ਕਰਕੇ ਕਰ ਗਿਆ ਸੀ। ਅੱਜ ਤੜਕੇ ਜਦੋਂ ਆਇਆ ਤਾਂ ਦੁਕਾਨ ਦੇ ਤਾਲੇ ਟੁੱਟੇ ਪਏ ਸਨ। ਉਹਨਾਂ ਨੇ ਜਦ ਦੁਕਾਨ ਖੋਲ੍ਹ ਕੇ ਦੇਖਿਆ ਤਾਂ ਦੁਕਾਨ ਦੀ ਬਾਰੀ ਦੇ ਵਿੱਚੋਂ ਮੁਨਿਆਰੀ ਦਾ ਸਮਾਨ ਚੋਰੀ ਹੋ ਚੁੱਕਿਆ ਸੀ। ਇਸ ਦੇ ਨਾਲ ਹੀ ਗੱਲੇ ਦੇ ਵਿੱਚ ਪਈ ਲਗਭਗ 1250 ਦੀ ਨਕਦੀ ਵੀ ਚੋਰਾਂ ਵੱਲੋਂ ਚੋਰੀ ਕਰ ਲਈ ਗਈ ਸੀ, ਜਿਸ ਤੋਂ ਬਾਅਦ ਉਹਨਾਂ ਵੱਲੋਂ ਇਸ ਦੀ ਸੂਚਨਾ ਥਾਣਾ ਸਿਟੀ ਪੁਲਿਸ ਨੂੰ ਦਿੱਤੀ ਗਈ। ਉੱਧਰ ਪੁਲਿਸ ਨੂੰ ਵੀ ਸੂਚਨਾ ਮਿਲੀ ਕਿ ਕੁਝ ਸਮਾਨ ਲੈਣੋਂ ਪਾਰ ਪਿਆ, ਜਿਸ ਤੋਂ ਬਾਅਦ ਮੌਕੇ 'ਤੇ ਪੀ ਸੀ ਆਰ ਦੀ ਟੀਮ ਪਹੁੰਚੀ ਅਤੇ ਉਸਦੇ ਵੱਲੋਂ ਇਸ ਸਮਾਨ ਨੂੰ ਬਰਾਮਦ ਕੀਤਾ ਗਿਆ। ਉੱਧਰ ਦੁਕਾਨਦਾਰਾਂ ਦੇ ਵਿੱਚ ਇਸ ਘਟਨਾ ਤੋਂ ਬਾਅਦ ਰੋਸ ਪਾਇਆ ਜਾ ਰਿਹਾ ਹੈ, ਕਿਉਂਕਿ ਦੁਕਾਨਾਂ ਥਾਣੇ ਤੋਂ ਮਹਿਜ 200 ਫੁੱਟ ਦੀ ਦੂਰੀ 'ਤੇ ਹਨ। ਦੁਕਾਨਦਾਰਾਂ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਟੋਨੀ ਕੁਮਾਰ ਜੀ, ਮੁਨਸ਼ੀ ਰਾਮ ਚੰਦਰ ਸਟੋਰ ਦੇ ਜਿਹੜੇ ਤਾਲੇ ਟੁੱਟੇ ਨੇ ਜੀ। ਅੱਛਾ, ਕੀ ਨੁਕਸਾਨ ਹੋਇਆ ਤੁਹਾਡਾ ਇੱਥੇ? ਇੱਕ ਤਾਂ ਕੋਸਮੈਟਿਕ ਦਾ ਹੋਇਆ, ਤੁਸੀਂ 12-13 ਹਜ਼ਾਰ ਦਾ। ਕੁਝ ਗੱਲੇ 'ਚ ਹੈਗੀ ਸੀ, ਕੁਝ ਨਕਦੀ ਸੀਗੀ। ਗੱਲੇ 'ਚ ਕਿੰਨੀ ਨਕਦੀ ਸੀ? ਗੱਲੇ 'ਚ ਹੈਗੀ ਸੀ 12-1250 ਦੀ ਨਕਦੀ ਹੈਗੀ ਸੀ ਗੱਲੇ 'ਚ। ਅੱਛਾ ਜੀ, ਹਾਂਜੀ। ਤੁਹਾਨੂੰ ਪਤਾ ਕਿਵੇਂ ਲੱਗਿਆ ਵੀ ਚੋਰੀ ਹੋ ਗਈ ਹੈ? ਚੋਰੀ ਇਸ ਵੇਲੇ ਜਿਵੇਂ ਪਤਾ ਲੱਗਿਆ, ਅੱਛਾ ਜੀ, ਰੂਟੀਨ 'ਚ ਜਿਵੇਂ ਆਨੇ ਦੁਕਾਨ ਤੇ ਉਦੋਂ ਦੇਖਿਆ ਵੀ ਦੋਵੇਂ ਤਾਲੇ ਹੈ ਨਹੀਂ ਸੀਗੇ। ਫਿਰ ਮਾਰਕੀਟ ਵਾਲਾ ਨੂੰ ਇਕੱਠਾ ਕੀਤਾ, ਫਿਰ ਇਹਨਾਂ ਨੂੰ ਕਿਹਾ ਵੀ ਚਲੋ ਤੁਸੀਂ ਇੱਕ ਵਾਰੀ ਖੋਲ੍ਹ ਕੇ ਦੇਖਣੇ। ਖੋਲ੍ਹ ਕੇ ਦੇਖਿਆ ਸਾਰਾ ਸ਼ੋਕੇਸ ਖਾਲੀ ਸੀਗਾ। ਫਿਰ ਮਾਰਕੀਟ ਵਾਲੇ ਇਕੱਠੇ ਹੋਏ, ਫਿਰ ਸਦਰ ਥਾਣੇ ਸਿਟੀ ਗਏ ਅਸੀਂ ਤੇ ਨਾਲ ਸਾਡੇ ਇੱਕ ਪ੍ਰਧਾਨ ਜੀ ਹੈਗਾ, ਉਹਨਾਂ ਦਾ ਵੀ ਤਾਲਾ ਟੁੱਟ ਗਿਆ, ਪਰ ਉਹਨਾਂ ਦੀ ਬੱਚਤ ਹੋ ਗਈ ਵੀ। ਤੇ ਸਾਹਮਣੇ ਜਿਹੜੀ ਬੁੱਕ ਸ਼ੋਪ ਹੈਗੀ ਸੀ ਉਹਨਾਂ ਦਾ ਵੀ ਤਾਲਾ ਟੁੱਟ ਆਇਆ ਸੀ। ਉਹਨਾਂ ਦਾ ਵੀ ਕੋਈ ਨੁਕਸਾਨ ਹੋਇਆ? ਉਹਨਾਂ ਜੋ ਉਹਨਾਂ ਦਾ ਮਾਲਕ ਅਜੇ ਆਏ ਨਹੀਂ ਗਏ, ਉਹਨਾਂ ਨੇ ਵੇਖਿਆ ਨਹੀਂ ਗਿਆ ਜੀ। ਅੱਛਾ, ਹਾਂਜੀ। ਤੇ ਫਿਰ ਪੁਲਿਸ ਨੇ ਕੀ ਕਾਰਵਾਈ ਕੀਤੀ ਉਹਨਾਂ? ਪੁਲਿਸ ਨੇ ਜੀ ਜਦੋਂ ਅਸੀਂ ਇਕੱਠੇ ਹੋ ਕੇ ਗਏ, ਉਹਨਾਂ ਨੇ ਪੀ ਸੀ ਆਰ ਦਾ ਉਹਨਾਂ ਕੋਲ ਐਸ ਐਚ ਓ ਸਾਹਿਬ ਕੋਲ ਫੋਨ ਆਇਆ ਵੀ ਆ ਕੁਝ ਸਮਾਨ ਬਰਾਮਦ ਹੋ ਚੁੱਕਿਆ ਤੇ ਬਈ ਤੁਸੀਂ ਜਾ ਕੇ ਲਿਆਓ। ਮੈਂ ਤੇ ਸਮੇਂ ਮਾਈਕਲ ਜੇ ਸਾਹਮਣੇ ਅਸੀਂ ਗਏ ਆ ਤੇ ਜਨਾਬ ਵੀ ਆਏ ਨੇ, ਉਹ ਜੇ ਕੁਝ ਸਮਾਨ ਬਰਾਮਦ ਹੋਇਆ ਜੀ। ਕਿੱਥੋਂ ਬਰਾਮਦ ਹੋਇਆ ਸਮਾਨ? ਇਹ ਫਾਟਕ ਪਾਲ ਜਿਹੜਾ ਕਟਾਰੀ ਹੈਗਾ ਜੀ, ਇਹ ਡਾਕਟਰ ਉਹਦੀ ਛੱਤ ਦੇ ਉੱਤੇ ਬਰਾਮਦ ਹੋਇਆ ਜੀ। ਅੱਛਾ, ਹਾਂਜੀ। ਤੇ ਹੁਣ ਤੁਹਾਡਾ ਕੁੱਲ ਕਿੰਨਾ ਨੁਕਸਾਨ ਹੋ ਗਿਆ ਸਾਰਾ? ਕੁੱਲ ਨੁਕਸਾਨ ਜੀ ਇਹ 15,000 ਦਾ ਜੀ। ਅੱਛਾ, ਮੰਗ ਕੀ ਕਰ ਰਹੇ ਹੋ? ਜਿਹੜੀਆਂ ਘਟਨਾਵਾਂ ਰੋਜ਼ ਵਧੀਆਂ ਜਾ ਰਹੀਆਂ, ਇਹਨੂੰ ਲੈ ਕੇ ਕੀ ਕਹੋ? ਪ੍ਰਸ਼ਾਸਨ ਮੰਗ ਆਈ ਹੋਈ ਹੈ ਜੀ ਇਹਦੇ 'ਚ ਇੱਕ ਤਾਂ ਗਸ਼ਤ ਕੀਤੀ ਜਾਵੇ, ਠੀਕ ਹੈ ਜੀ। ਇੱਕ ਜਿਹੜੀ ਕਮੇਟੀ ਵੱਲੋਂ ਵੀ ਅਸੀਂ ਕਰਦੇ ਹਾਂ ਵੀ ਇਹ ਜਿਹੜੀ ਲਾਈਟਾਂ, ਜਿਹੜੀ ਲਾਈਟ ਦਾ ਇਹ 1 ਮਹੀਨੇ ਤੋਂ ਕਾਫੀ ਬੰਦ ਹੈਗੀ ਜੀ, ਇਹ ਲਾਈਟ ਵੀ ਠੀਕ ਕਰਾਤੀ ਕੀਤੀ ਜਾਵੇ। ਥਾਣੇ ਸਿਟੀ ਤੋਂ ਕਿੰਨੀ ਦੂਰ ਹੈ ਦੁਕਾਨ ਤੁਹਾਡੀ? ਥਾਣੇ ਕਿਹੜੀ ਵੀ ਕੁਝ ਦੂਰ ਹੈਗੇ ਵੀ 200 ਫੁੱਟ ਤੁਸੀਂ ਲਾਓ, 200 ਫੁੱਟ ਥਾਣੇ ਦੇ ਨੇੜੇ ਚੋਰੀ ਹੋ ਗਈ ਮਤਲਬ? ਹਾਂਜੀ ਹਾਂਜੀ। ਠੀਕ ਜੀ ਸਰ, ਇਹ ਕਿਵੇਂ ਪਤਾ ਲੱਗਿਆ ਜੀ ਸਮਾਨ ਇੱਥੇ ਪਿਆ ਤੁਹਾਨੂੰ? ਅਸੀਂ ਡਿਊਟੀ ਦੇ ਅੱਜ ਸ਼ਿਫਟ ਜਿਹੜੀ ਦਿੰਦੀ ਹੈ ਚੱਲ ਰਹੀ ਹੈ ਸਾਡੀ, 24 ਘੰਟੇ ਦੀ ਸ਼ਿਫਟ ਹੈ। ਸਾਨੂੰ ਮੁਨਸ਼ੀ ਦਾ ਫੋਨ ਆਇਆ ਸੀ ਵੀ ਕਹਿੰਦੇ ਵੀ ਇੱਕ ਬਿਜਲੀ ਘਰ ਦੇ ਸਾਹਮਣੇ ਦੁਕਾਨ ਟੁੱਟੀ ਹੈ ਤੇ ਉੱਥੇ ਪਤਾ ਕਰੋ ਜਾ ਕੇ। ਅਸੀਂ ਆ ਕੇ ਦੇਖਿਆ ਤੇ ਉਹ ਪਬਲਿਕ ਤੋਂ ਪਤਾ ਲੱਗਿਆ ਬਿਜਲੀ ਘਰ ਦੇ ਸਾਹਮਣੇ ਇੱਕ ਦੁਕਾਨ ਦੇ ਸ਼ਟਰ ਦੇ ਉੱਪਰ ਗੰਢ ਪਈ ਸੀ। ਉਹ 'ਚ ਗੰਢ ਉਤਾਰ ਕੇ ਦੇਖੀ ਤੇ ਉਹਦੇ ਵਿੱਚ ਮਨਿਆਰੀ ਦਾ ਸਾਰਾ ਪਾਊਡਰ, ਤੇਲ ਸਾਰਾ ਕੁਝ ਵਿੱਚ ਹੈਗਾ ਜੀ। ਉਹ ਹੁਣ ਮੌਕੇ 'ਤੇ ਇੱਕ ਦੁਕਾਨ ਵਾਲਾ ਆਇਆ, ਉਹ ਕਹਿੰਦਾ ਮੇਰੀ ਦੁਕਾਨ ਟੁੱਟੀ ਹੈ, ਇਹ ਮੇਰਾ ਸਮਾਨ ਹੈਗਾ। ਅੱਛਾ, ਹੁਣ ਮੌਕੇ 'ਤੇ SO 4 ਆ ਰਹੇ ਨੇ, ਉਹ ਕਾਰਵਾਈ ਕਰਨਗੇ। ਸਰ ਕੀ ਕਹੋਗੇ ਕਿ ਇਹ ਮਾਮਲਾ ਹੈ, ਇਹ ਸਾਰਾ ਪੂਰਾ ਇਹਦੇ ਬਾਰੇ ਜਾਣਕਾਰੀ? ਰਾਤ ਤਾਲੇ ਟੁੱਟੇ ਦੁਕਾਨਾਂ ਦੇ 2-3 ਦੇ, ਬਾਕੀ ਬਚਾਅ ਹੋ ਗਿਆ ਪਹਿਲਾਂ, ਅਤੇ ਪੀਸੀ ਵਾਲੇ ਲੜ ਸੀਗੇ ਉਸ ਕਰਕੇ ਸਮਾਨ ਜਿਹੜੇ ਭੱਜ ਗਏ ਆ। ਸਰ ਥਾਣੇ ਦੇ ਨੇੜੇ ਹੀ ਘਟਨਾ ਹੋਈ ਹੈ? ਬਿਲਕੁਲ, ਥਾਣੇ ਦੇ ਨਾਲ ਹੀ ਮਾਰਕੀਟ ਆਏ ਜਿੱਥੇ ਘਟਨਾ ਹੋਈ। ਮਾਰਕੀਟ ਹੈਗੀ ਹੈ ਪੁਲਿਸ ਕਰਕੇ, ਨਾਲ ਨੇੜੇ ਸਟੇਸ਼ਨ ਕਰਕੇ ਵੀ ਹੈ, ਰੇਲਵੇ ਸਟੇਸ਼ਨ ਹੈਗਾ ਨੇੜੇ ਪੈਂਦਾ, ਬੈਕ ਸਾਈਡ ਤੋਂ ਜਾੜ ਹੈਗੀ ਹੈ ਕਾਫੀ, ਅਤੇ ਕੋਸ਼ਿਸ਼ ਕੀਤੀ ਨੇ ਪਰ ਕਾਮਯਾਬ ਨਹੀਂ ਹੋਏ। ਸਰ ਜਿਵੇਂ ਸ਼ਹਿਰ 'ਚ ਘਟਨਾਵਾਂ ਬੜੀਆਂ ਵੱਧ ਰਹੀਆਂ ਜੀ, ਕੀ ਕਹੋਗੇ ਇਹਨੂੰ ਲੈ ਕੇ? ਪੱਕੀ ਪੀਸੀ ਆਰ ਅਲਰਟ ਨੇ, ਸਾਡੀ ਪੁਲਿਸ ਦੀ ਅਲਰਟ ਹੁੰਦੀ ਹੈ, ਕਈ ਵਾਰੀ ਵਰਤ ਹੁਣ ਤੱਕ ਨਹੀਂ ਕਰ ਸਕਦੇ, ਨਹੀਂ ਹੁੰਦੀ, ਜਾਂਦੀ ਹੈ ਵਰਤ। ਕਿੰਨੀਆਂ ਟੀਮਾਂ ਨੇ ਜੋ ਪੀ ਸੀ ਆਰ ਦੇ ਰਾਤ ਨੂੰ ਤੈਨਾਤ ਹੁੰਦੀ ਹੈ? ਰਾਤ ਨੂੰ 4 ਦੇ ਰਾਤ ਨੂੰ ਪੀ ਸੀ ਆਰ, ਜਿਹਨੇ 3 ਹੁੰਦੇ ਆ ਜਿਹਨੇ 4 ਜੀ, ਬਟ ਫਿਰ ਵੀ ਕੋਈ ਨਾ ਕੋਈ ਕੰਪਲੇਂਟ ਆਉਂਦੀ ਹੈ, ਕੋਈ ਨਹੀਂ ਕੋਸ਼ਿਸ਼ ਕਰ ਰਿਹਾ ਵੀ
ਕੰਟਰੋਲ ਹੋਵੇ ਜਿਆਦਾ। ਉਹਨਾਂ ਇਸ ਮਾਰਕੀਟ ਦੇ ਵਿੱਚ ਕਿੰਨੇ ਤਾਲੇ ਟੁੱਟੇ ਜੀ, ਕਿੰਨੀ ਦੁਕਾਨਾਂ ਦੇ ਟੁੱਟੇ ਜੀ? ਤਿੰਨ ਦੁਕਾਨਾਂ ਦੇ, ਤਿੰਨ ਦੁਕਾਨਾਂ ਦੀ ਟੁੱਟੇ ਨੇ ਹਾਂਜੀ। ਉਹ ਇੱਕ ਮਿੰਟ ਜੀ, ਬਕਾਇਆ ਲੈ ਗਿਆ ਬਚਾ ਸਮਾਨ ਦਾ ਬਚਾ ਹੋ ਗਿਆ। ਅੱਛਾ ਜੀ, ਕਿਉਂਕਿ ਕੋਈ ਪੀਸ ਲੱਟ ਹੋਣ ਕਰਕੇ ਸਮਾਨ ਚੋਰੀ ਕਰਕੇ ਛੱਡ ਕੇ ਭੱਜ ਗਏ ਆ। ਮਾਲਕ ਨੂੰ ਸਮਾਨ ਦੇ ਦਿੱਤਾ ਗਿਆ ਜੀ, ਤੇ ਫਿਰ ਉਹ ਕਰ ਰਿਹਾ ਪਾਲ ਤੇ ਕੌਣ ਸੀ। ਕਾਰਵਾਈ ਕੀ ਰਹੇਗੀ ਸਰ ਇਸ ਮਾਮਲੇ 'ਚ? ਕੋਈ ਕੋਈ ਤੁਸੀਂ ਲੱਭਦੇ ਭਾਲ ਕਰਦੇ ਆ, ਲਾਉਣੇ ਬੰਦੇ ਕੋਈ ਲਗਭਗ ਜੇ ਪਤਾ ਲੱਗਿਆ ਬੰਦੇ ਫੜ ਕੇ ਲੈ ਕੇ ਕਰਵਾਈ ਕਰਾਂਗੇ। ਪਰ ਕਿਆ ਦਿਆਂਗੇ ਜੀ, ਰਾਤ ਅਸੀਂ ਦੁਕਾਨਾਂ ਬੰਦ ਕਰਕੇ ਗਏ ਹਾਂ ਸਹੀ, ਸਵੇਰੇ ਆ ਕੇ ਵੇਖੇ ਤੇ ਤਾਲੇ ਟੁੱਟੇ ਹੋਏ ਆ। ਅੱਛਾ ਜੀ, ਅੱਛਾ ਉਹ ਅਸੀਂ ਸਭ ਸੱਦ ਕੇ ਵਿਖਾ ਦਿੱਤਾ, ਚੋਰੀ ਹੋਇਆ ਸਮਾਨ ਜਿਹੜਾ ਬਰਾਮਦ ਹੋ ਗਿਆ, ਬਾਕੀ ਉਹ ਲੈ ਗਏ। ਤੇ ਇੱਕ ਕੁਐਸਚਨ ਅਸੀਂ ਹੋਰ ਪੁੱਟ ਕਰਦੇ ਹਾਂ ਵੀ ਕਮੇਟੀ ਵਾਲਿਆਂ ਨੂੰ ਪੁੱਛਿਆ ਜਾਵੇ ਵੀ ਇਹ ਫਾਇਰ ਬ੍ਰਿਗੇਡ ਤੋਂ ਅੱਗੇ ਮਹੀਨਾ ਹੋ ਗਿਆ ਲਾਈਟ ਬੰਦ ਪਈ ਹੈ, ਜਿਹੜਾ ਅੰਡਰਗਰਾਊਂਡ ਬ੍ਰਿਜ ਇਹ ਇੱਧਰ ਲਾਈਟਾਂ ਕਿਉਂ ਬੰਦ ਨੇ, ਇਹਦੀ ਕੀ ਵਜ੍ਹਾ ਹੈ? ਲਾਈਟ ਨੂੰ ਲੈ ਕੇ ਤੁਸੀਂ ਕੋਈ ਮਿਲੇ ਨੀ ਕਮੇਟੀ ਫਿਰ ਜਾ ਕੇ ਕਿਸੇ ਨੂੰ? ਹਾਂਜੀ, ਤੁਹਾਡਾ ਕੀ ਨਾਂ ਹੈ ਜੀ? ਸੋਹਣ ਲਾਲ। ਸੋਹਣ ਲਾਲ ਜੀ, ਸੋਹਣ ਲਾਲ ਜੀ, ਕੀ ਪ੍ਰੋਬਲਮ ਕੀ ਹੈ ਇਸ ਮਾਰਕੀਟ ਦੇ ਵਿੱਚ, ਕਿਉਂ ਇਸ ਤਰ੍ਹਾਂ ਦਾ ਘੰਟਾ ਸਾਹਮਣੇ ਆਈ ਹੈ? ਹੁਣ ਪ੍ਰੋਬਲਮ ਤਾਂ ਲਾਈਟ ਦੀ ਹੈ ਜੀ, ਫਿਰ ਚੱਲਦਾ ਰੋਡ ਹੈ। ਉਹ ਇਹ ਕਹਿੰਦੇ ਜੀ 14 ਬੰਦੇ ਲਾ ਰੱਖੇ PCR 'ਤੇ, ਸਾਨੂੰ ਤਾਂ ਰਾਤ ਨੂੰ ਦੇਖੀਏ ਤਾਂ ਇੱਕ ਵੀ ਬੰਦਾ ਨਹੀਂ ਮਿਲਦਾ, ਟ੍ਰੇਨ 'ਤੇ ਆਉਂਦੇ ਤਾਂ ਕੋਈ ਬੰਦਾ ਨਹੀਂ ਮਿਲਦਾ। ਦੱਸੋ ਵੀ ਹੁਣ ਅਸੀਂ ਕੀ ਕਿੱਥੇ ਜਾਈਏ, ਇਹ ਚੱਕਰ ਹੈ। ਇਹ ਸਮਾਨ ਕਿੱਥੋਂ ਬਰਾਮਦ ਹੋਇਆ? ਇਹ ਸਮਾਨ ਹੋਇਆ ਜੀ ਫਾਟਕੋਂ ਪਾਰ ਹੈ ਨਾ ਜੀ, ਪੁਲ ਤੋਂ ਪਰਲੇ ਪਾਸੇ ਉਹ ਸ਼ਰਾਬ ਵਾਲੇ ਠੇਕੇ ਦੇ ਉੱਪਰ ਪਿਆ ਸਮਾਨ, ਉੱਥੋਂ ਬਰਾਮਦ ਹੋਇਆ। ਚੋਰੀਆਂ ਚਾਰੀਆਂ ਹੋਈਆਂ ਪਿੱਛੇ, ਪੰਜ ਛੇ ਦੁਕਾਨਾਂ ਦੀ ਹੋਈਆਂ, ਪਰ ਕੋਈ ਨੁਕਸਾਨ ਨਹੀਂ ਹੋਇਆ ਜੀ। ਠੀਕ।